ਸਸ਼ੀਕਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦਾ ਆਗਾਜ਼ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਸਮਾਨ ਛੂੰਦੀਆਂ ਕੀਮਤਾਂ ਦੇ ਵਿੱਚ ਕਿਵੇਂ ਲੰਬੀਆਂ ਜਾ ਸਕਦੀਆਂ ਨੇ ਸਸਤੀਆਂ ਉਡਾਨਾਂ ਮਈ ਦੇ ਵਿੱਚ ਉਡਾਨਾਂ ਦੀ ਕੀਮਤ 11.6% ਵਧੀ ਵੀਰੇ ਦੇ ਪ੍ਰਧਾਨ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਲਗਾਤਾਰ ਵਿਵਾਦ ਦਾ ਸਾਹਮਣਾ ਕਰ ਰਹੀ ਸੀ ਬਾਰਿਸ ਜੌਂਸ ਏਅਰ ਕੈਨੇਡਾ ਨੇ ਸਤੰਬਰ ਤੱਕ ਫालतू ਜਾਨਵਰਾਂ ਨੂੰ ਬੈਗੇਜ ਕੰਪਾਰਟਮੈਂਟ ਦੇ ਵਿੱਚ ਉਡਾਨ ਭਰਨ ਤੇ ਲਗਾਈ ਪਾਬੰਦੀ ਮੌਜੂਦਾ ਫालतू ਜਾਨਵਰਾਂ ਦੀ ਬੁਕਿੰਗ ਨੂੰ ਨਹੀਂ ਕਰੇਗਾ ਪ੍ਰਭਾਵਿਤ ਜਿੱਤੇ ਖਬਰਾਂ ਵਿਸਥਾਰ ਦੇ ਨਾਲ ਇਸ ਵੇਲੇ ਸਮਾਂ ਜਿਹੜਾ ਉਹ ਘੁੰਮਣ ਫਿਰਦਾ ਪਰ ਅਸਮਾਨ ਛੁੰਦੀਆਂ ਉਡਾਨਾਂ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਆਉਣਾ ਇੱਕ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਸਾਬਿਤ ਹੋ ਰਿਹਾ ਹੈ ਜਿਸ ਦੇ ਵਿੱਚ ਸਵਾਲ ਹੈ ਕਿ ਕਿਵੇਂ ਲੱਭੀ ਜਾਵੇ ਇੱਕ ਘੱਟ ਕੀਮਤ ਵਾਲੀ ਯਾਨੀ ਸਸਤੀ ਜਈ ਟਿਕਟ ਇਸ ਸਾਰੇ ਲੋਕ ਇਸ ਦੇ ਵਿੱਚ ਕਾਫੀ ਜ਼ਿਆਦਾ ਉਲਝਣ ਦੇ ਵਿੱਚ ਪਏ ਹੋਏ ਨੇ ਹਾਲਾਂਕਿ ਬਹੁਤ ਸਾਰੇ ਏਜੰਟ ਹੋਣ ਜਾਂ ਫਿਰ ਗਾਈਡ ਕਰਨ ਵਾਲੇ ਹੋਣ ਤਾਂ ਉਹ ਇਹੀ ਇਸ਼ਾਰਾ ਕਰਦੇ ਨੇ ਕਿ ਜਾਂ ਤਾਂ ਤੜਕੇ ਜਾਂ ਫਿਰ ਅੱਧੀ ਰਾਤ ਨੂੰ ਟਿਕਟ ਬੁੱਕ ਕਰੋਗੇ ਤਾਂ ਤੁਹਾਨੂੰ ਕਿਰਾਇਆਂ ਦੇ ਵਿੱਚ ਕੋਈ ਫਰਕ ਜ਼ਰੂਰ ਮਿਲ ਸਕਦਾ ਯਾਨੀ ਕਿ ਘੱਟ ਜਿਹੜੀ ਹੈ ਉਸ ਸਸਤੀ ਟਿਕਟ ਤੁਹਾਨੂੰ ਮਿਲ ਸਕਦੀ ਹੈ ਆਓ ਇੱਕ ਰਿਪੋਰਟ ਤੇ ਨਜ਼ਰ ਪਾ ਲੈਨੇ ਆਂ ਕੈਨੇਡਾ ਵਿੱਚ ਸਸਤੀਆਂ ਉਡਾਨਾਂ ਨੂੰ ਕਿਵੇਂ ਲੱਭਿਆ ਜਾਵੇ ਕਿਉਂਕਿ ਹਵਾਈ ਕਿਰਾਇਆ ਨਵੀਆਂ ਉਚਾਈਆਂ ਤੱਕ ਪਹੁੰਚ ਰਿਹਾ ਹੈ ਜਿਹੜੇ ਲੋਕ ਕੈਨੇਡੀਅਨ ਹਵਾਈ ਅੱਡਿਆਂ ਤੇ ਔਖੀਆਂ ਲਾਈਨਾਂ ਦੇਰੀ ਦੀ ਪਰਵਾਹ ਕਰਦੇ ਰਹਿੰਦੇ ਨੇ ਉਹਨਾਂ ਲਈ ਇਹ ਸਵਾਲ ਬਣੇ ਹੋਏ ਨੇ ਕਿ ਵੱਧਦੇ ਤੇ ਫਿਊਲ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਿਚਕਾਰ ਹਵਾਈ ਯਾਤਰਾ ਤੇ ਪੈਸੇ ਦੀ ਬਜਟ ਕਿਵੇਂ ਕੀਤੀ ਜਾਵੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਹਵਾਈ ਕਿਰਾਏ ਅਕਸਰ ਛੁੱਟੀਆਂ ਤੇ ਸਭ ਤੋਂ ਵੱਡੀ ਲਾਈਨ ਆਈਟਮ ਯਾਨੀ ਮਈ ਦੇ ਵਿੱਚ ਸਾਲ ਦੇ ਮੁਕਾਬਲੇ 11.6 ਫੀਸਦੀ ਵਧ ਗਏ ਮੌਂਟਰੀਅਲ ਅਧਾਰਤ ਹਾਪਰ ਇנק ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕਿਸੇ ਵੀ ਗਿਰਾਵਟ ਦੇ ਸੰਕੇਤ ਦੇ ਨਾਲ ਟਿਕਟਾਂ ਹੁਣ ਪੂਰਵ ਮਹਾਮਾਰੀ ਦੇ 15 ਤੋਂ ਉੱਪਰ ਨੇ 2019 ਤੋਂ ਔਸਤਨ ਡਾਲਰ 960 ਤੱਕ ਕੈਨੇਡਾ ਤੋਂ ਕੁਮਾਂਤਰੀ ਉਡਾਨਾਂ ਲਈ 15 ਫੀਸਦੀ ਵਧ ਨੇ ਨਿਵੇਸ਼ਵਾਰਾ ਮਕਵੈਨ ਦੇ ਲਈ 에ਰਲਾਈਨ ਮਹਰ ਹੈਲਨ ਬੈਕਰ ਨੇ ਕਿਹਾ ਹੈ ਕਿ 에ਰਲਾਈਨਜ਼ ਉੱਚ ਫਿਊਲ ਅਤੇ ਮਜ਼ਦੂਰੀ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਟਿਕਟਾਂ ਦਾ ਦੀਆਂ ਕੀਮਤਾਂ ਵਧਾਰੀਆਂ ਨੇ ਜਦੋਂ ਤੁਸੀਂ ਬੁੱਕ ਕਰਨ ਤੇ ਯਾਤਰਾ ਕਰਨ ਦੇ ਲਈ ਚੁਣਦੇ ਹੋ ਤਾਂ ਤੁਸੀਂ ਕਿਸ ਹਵਾਈ ਅੱਡੇ ਤੋਂ ਉਡਾਨ ਭਰਦੇ ਹੋ ਨਗਦ ਭਜਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਸ ਤਰ੍ਹਾਂ ਦੀ ਫਲੈਕਸੀਬਿਲਟੀ ਮਦਦਗਾਰ ਹੁੰਦੀ ਹੈ ਲਾਗਤ ਵਿੱਚ ਮੁੱਖ ਭੂਮਿਕਾ ਨਿਭਾ ਸਕਦੀ ਹੈ 에어 ਕੈਨੇਡਾ ਦੇ ਸਾਬਕਾ ਚੀਫ ਆਪਰੇਟਿੰਗ ਅਫਸਰ ਡਾਂਕਨ ਡੀਨੇ ਨੇ ਕਿਹਾ ਕਿ ਵੀਕਐਂਡ ਅਕਸਰ ਮਹਿੰਗੇ ਹੁੰਦੇ ਨੇ ਤੇ ਸਵੇਰੇ ਤੜਕੇ ਤੇ ਦੇਰ ਰਾਤ ਨੂੰ ਨਿਰਧਾਰਤ ਉਡਾਨਾਂ ਅਕਸਰ ਸਸਤੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਹੀ ਘੱਟ ਲੋਕ ਉਡਾਨ ਭਰਨਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਸਕੂਲ ਸਾਲ ਦੇ ਖਤਮ ਹੋਣ ਤੋਂ ਬਾਅਦ ਪਹਿਲੇ ਕੁਝ ਦਿਨਾਂ ਵਿੱਚ ਛੁੱਟੀ ਦੀ ਯੋਜਨਾ ਨਾ ਬਣਾਓ ਤੇ ਲੇਬਰ ਡੇ ਤੋਂ ਪਹਿਲੇ ਵੀਕਐਂਡ ਤੇ ਘਰ ਵਾਪਸਨਾ ਜਾਓ ਕਿਉਂਕਿ ਇਹ ਇੱਕ ਬਹੁਤ ਵੱਡੀ ਮੰਗ ਵਾਲਾ ਸ਼ਨੀਵਾਰ ਹੋਣ ਵਾਲਾ ਹੈ ਉਹਨਾਂ ਕਹਿੰਦੇ ਕਿ ਡੀਐਨਏ ਕਾ ਗਰਮੀਆਂ ਦੇ ਸਿਖਰ ਮਹੀਨਿਆਂ ਦੀ ਬਜਾਏ ਆਫ ਸੀਜ਼ਨ ਦੇ ਵਿੱਚ ਯਾਤਰਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਯਾ ਘਾਟ ਮੰਗ ਵਾਲੀਆਂ ਥਾਵਾਂ ਤੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਹੈ ਗਰਮੀਆਂ ਵਿੱਚ ਪੈਰੇ ਸੀ ਜਾਂ ਗਰਮੀਆਂ ਵਿੱਚ ਲੰਡਨ ਇਹ ਉੱਚ ਹਵਾਈ ਕਿਰਾਏ ਉੱਚ ਹੋਟਲ ਦੀਆਂ ਕੀਮਤਾਂ ਤੇ ਪੂਰੀ ਤਰ੍ਹਾਂ ਬੁੱਕ ਕੀਤੇ ਰੈਸਟੋਰੈਂਟਾਂ ਦੇ ਬਰਾਬਰ ਨੇ ਅਜਿਹੇ ਵਿੱਚ ਇੱਕ ਵਿਕਲਪ ਦੇ ਤੌਰ ਤੇ ਜਿਹੜੇ ਹਵਾਈ ਅੱਡੇ ਹੋ ਸਕਦੇ ਨੇ ਉਸ ਮੁਤਾਬਕ ਸਥਾਨਕ ਉਡਾਨਾਂ ਲਈ ਇੱਕ ਤੋਂ 3 ਮਹੀਨੇ ਪਹਿਲਾਂ ਤੇ ਕੁਮਾਂਤਰੀ ਉਡਾਨਾਂ ਲਈ 3 ਤੋਂ 4 ਮਹੀਨੇ ਪਹਿਲਾਂ ਬੁਕਿੰਗ ਕਰਨ ਨਾਲ ਵੀ ਸਸਤਾ ਕਿਰਾਇਆ ਮਿਲ ਸਕਦਾ ਹੈ ਹਾਲਾਂਕਿ ਡਾਇਨਾਮਿਕ ਕੀਮਤ ਦਾ ਮਤਲਬ ਹੈ ਕਿ ਕੋਈ ਸਖਤ ਤੇ ਤੇਜ਼ ਨਿਯਮ ਨਹੀਂ ਹਨ ਕਿਉਂਕਿ ਐਲਗੋਰਿਥਮ ਫਲਾਈ ਦੇ ਮੰਗ ਅਤੇ ਬੁਕਿੰਗ ਕਰਵ ਦਾ ਜਵਾਬ ਦਿੰਦੇ ਹੋਏ ਬਹੁਤ ਸਾਰੇ ਖਪਤਕਾਰ ਇੱਕ ਕਿਰਾਏ ਦਾ ਹਵਾਲਾ ਦਿੰਦੀ ਰਿਪੋਰਟ ਕਰਨਗੇ ਤੇ ਇੱਕ ਬਿਲਕੁਲ ਵੱਖਰਾ ਵੱਧ ਜਾਂ ਘਟ ਜੇ ਉਹ ਇੱਕ ਘੰਟੇ ਬਾਅਦ ਖੋਜ ਕਰਦੇ ਨੇ ਤਾਂ ਕਿਰਾਏ ਬਿਲਕੁਲ ਬਦਲ ਜਾਂਦੇ ਨੇ ਧਿਆਨ ਦੇਣ ਵਾਲੇ ਐਲਗੋਰਿਦਮ ਦੇ ਆਲੇ ਦੁਆਲੇ ਇੱਕ ਤਰੀਕਾ ਵਿਕਲਪ ਹਵਾਈ ਅੱਡੇ ਨੇ ਹੈਮਿਲਟਨ 온ਟਾਰੀਓ ਬਫਲੋ ਤੇ ਪੈਟਸਬਰਗ ਐਨਵਾਈ ਤੇ ਬਲੰਗਮ ਵਾਸ਼ਿੰਗਟਨ ਦੇ ਵਿੱਚ ਵਧੇਰੇ ਸਵਾਦੀ ਕੀਮਤਾਂ ਤੇ ਘੱਟ ਦੇਰੀ ਪੇਸ਼ ਕਰਦੇ ਹੋਏ ਨੇ ਪਰ ਕੈਨੇਡਾ ਦੇ ਅੰਦਰ ਸਫ਼ਰ ਕਰਨਾ ਸਭ ਤੋਂ ਸੁਰੱਖਿਅਤ ਵਿਕਲਪ ਅਤੇ ਪਾਕਟ ਬੁੱਕ ਤੇ ਸਭ ਤੋਂ ਨਰਮ ਹੋ ਸਕਦਾ ਹੈ ਇੱਕ ਹਵਾਈ ਮਾਹਰ ਕੰਪਨੀ ਸੀਰੀਅਮ ਦੇ ਅੰਕੜਿਆਂ ਦੇ ਅਨੁਸਾਰ ਮਈ ਦੇ ਵਿੱਚ ਔਸਤ ਇੱਕ ਤਰਫਾ ਕਰੇ ਲੂ ਕਿਰਾਇਆ ਡਾਲਰ 159 ਸੀ ਮਈ 2019 ਦੇ ਵਿੱਚ ਡਾਲਰ 168 ਤੋਂ ਘਟ ਗਿਆ ਮੈਗਲ ਯੂਨੀਵਰਸਿਟੀ ਦੇ ਹਵਾਬਾਜ਼ੀ ਲੈਕਚਰਰ ਰੋਜਨ ਗ੍ਰੈਡਕ ਨੇ ਇੱਕ ਹੋਰ ਵਿਅਕਤੀ ਦੇ ਯਾਤਰਾਵਲ ਇਸ਼ਾਰਾ ਕਰਦੇ ਹੋਏ ਕਿ ਹੈ ਕਿ ਕੂਮਾਂਤਰੀ ਯਾਤਰਾ ਉੱਤਰੀ ਅਮਰੀਕਾ ਤੋਂ ਬਾਹਰ ਅਸਲ ਵਿੱਚ ਇੱਕ ਕ੍ਰੈਬ ਸ਼ੂਟ ਵਰਗੀ ਸੀ ਜੇ ਤੁਸੀਂ ਯੂਰਪ ਜਾ ਰਹੇ ਹੋ ਤਾਂ ਤੁਹਾਨੂੰ ਸੱਚਮੁੱਚ ਜਾਣਾ ਚਾਹੀਦਾ ਹੈ ਗ੍ਰੈਡੇਕ ਇਸ ਗਰਮੀਆਂ ਦੇ ਵਿੱਚ ਕਲਾਸਿਕ ਕੈਨੇਡੀਅਨ ਸੈਡ ਸਪਾਟੇ ਦੀ ਸਿਫਾਰਿਸ਼ ਕਰਦੇ ਨੇ ਬੈਫਸ ਤੇ ਉਹਨਾਂ ਕਿਹਾ ਬੈਫ ਜਾਓ ਰਾਕਿਸ ਤੇ ਜਾਓ ਤੇ ਪੈਗੀਕਾਫ ਤੇ ਜ਼ਰੂਰ ਜਾਓ 온ਟਾਰੀਓ ਦੇ ਵਿੱਚ ਕਈ ਸ਼ਹਿਰ ਸਲਾਨੀਆਂ ਨੂੰ ਰਾਤ ਦੇ ਠਹਿਰਨ ਲਈ ਇਨਾਮ ਦੇਣ ਦੀ ਪੇਸ਼ਕਸ਼ ਵੀ ਕਰ ਰਹੇ ਨੇ ਆਟਵਾ ਕਿੰਗਸਟਨ ਲੰਡਨ ਤੇ ਗਲਫ ਉਹਨਾਂ ਨਗਰਪਾਲਿਕਾਵਾਂ ਵਿੱਚੋਂ ਨੇ ਜੋ ਡਾਲਰ 100 ਤੱਕ ਦੇ ਤੋਹਫੇ ਕਾਰ ਦੇਣ ਜਾਂ ਪਾਗ ਲੈਣ ਵਾਲੇ ਹੋਟਲਾਂ ਵਿੱਚ ਘਰ ਦੇ ਵਿੱਚ ਇੱਕ ਰਾਤ ਠਹਿਰਨ ਨੂੰ ਯਕੀਨੀ ਬਣਾਉਣ ਦਾ ਵਾਅਦਾ ਕਰਨ ਵਾਲੇ ਨੇ ਪ੍ਰੋਸਹਾਨ ਪ੍ਰੋਵਿੰਸ਼ੀਅਲ ਸਟੇਕੇਸ਼ਨ ਟੈਕਸ ਕ੍ਰੈਡਿਟ ਦੇ ਸਹਰ ਤੇ ਆਉਂਦੇ ਨੇ ਜੋ Ontario ਦੇ ਅੰਦਰ ਯਾਤਰਾ ਲਈ ప్రతి ਵਿਅਕਤੀ ਡਾਲਰ 200 ਤੱਕ ਦਾ ਕ੍ਰੈਡਿਟ ਪ੍ਰਦਾਨ ਕਰਦੇ ਨੇ ਸੋ ਇਸ ਲਈ ਟਿਕਟਾਂ ਦੀ ਜਦੋਂ ਵੀ ਛਾਂਟੀ ਕਰ ਰਹੇ ਹੋ ਜਾਂ ਟਿਕਟ ਦੀ ਭਾਲ ਕਰ ਰਹੇ ਹੋ ਤਾਂ ਬਹੁਤ ਸਾਰੀਆਂ ਸਾਈਟਾਂ ਤੇ ਸਵੇਰੇ ਤੜਕੇ ਜਾਂ ਫਿਰ ਰਾਤ ਵੇਲੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰੋ ਜਿਸ ਨਾਲ ਤੁਹਾਡੇ ਕਿਰਾਏ ਦੇ ਵਿੱਚ ਕੁਝ ਫਰਕ ਜ਼ਰੂਰ ਪੈਂਦਾ ਦਿਖਾਈ ਦੇਵੇਗਾ ਘੱਟ ਲਾਗਤ ਵਾਲੇ ਕੈਨੇਡੀਅਨ ਕੈਰੀਅਰ ਜਿਵੇਂ ਕਿ ਫੇਅਰ 에ਅਰਲਾਈਨਸ ਵੈਸਟ ਜੈਟ ਸਵੂਪ ਤੇ ਹਾਲ ਹੀ ਦੇ ਵਿੱਚ ਪ੍ਰਵੇਸ਼ ਕਰਨ ਵਾਲੀ ਲਿੰਕ ਸ਼ੇਅਰ ਬਚਤ ਲਈ ਇੱਕ ਹੋਰ ਰੂਟ ਦੀ ਪੇਸ਼ਕਸ਼ ਕਰਦੇ ਨੇ ਹਾਲਾਂਕਿ ਛੋਟੀਆਂ ਫਲਾਈਟਾਂ ਦਾ ਮਤਲਬ ਰੱਦ ਹੋਣ ਦੀ ਸਥਿਤੀ ਵਿੱਚ ਘੱਟ ਵਿਕਲਪ ਹੋ ਸਕਦੇ ਨੇ ਕੁਝ ਯਾਤਰੀਆਂ ਨੂੰ ਦਿਨਾਂ ਬਾਅਦ ਘੱਟ ਵਾਰ-ਵਾਰ ਰੂਟਾਂ ਤੇ ਦੁਬਾਰਾ ਬੁੱਕ ਕੀਤਾ ਜਾਂਦਾ ਹੈ ਇਸ ਤੋਂ ਲਾ ਵਕੈਟੇ ਹੋਪਰ ਇਸ ਬਾਰੇ ਕੀਮਤ ਚੇਤਾਵਨੀਆਂ ਤੇ ਸਿਫਾਰਸ਼ਾਂ ਵੀ ਪ੍ਰਦਾਨ ਕਰਦੇ ਨੇ ਕਿ ਕੀ ਤੁਰੰਤ ਖਰੀਦਣਾ ਜਾਂ ਘੱਟ ਕੇ ਰਾਏ ਦੀ ਉਡੀਕ ਕਿਵੇਂ ਕਰਨੀ ਹੈ ਘੱਟ ਡਿਜੀਟਲ ਚੁਕਾ ਲੈ ਇੱਕ ਵਿਦੇਸ਼ੀ ਟਰੈਵਲ ਏਜੰਟ ਲਬਨਾ ਇੱਕ ਆਸਾਨ ਵਿਕਲਪ ਹੋ ਸਕਦਾ ਹੈ ਨਿਊਜ਼ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਆਪਣੇ ਪਾਲਤੂ ਜੇ ਤੁਸੀਂ ਆਪਣੇ ਨਾਲ ਸਫ਼ਰ ਦੌਰਾਨ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜ਼ਰਾ ਇਹ ਜਾਣਕਾਰੀ ਹਾਸਲ ਜ਼ਰੂਰ ਕਰ ਲੈਣਾ ਕਿ ਤੁਸੀਂ ਆਪਣੇ ਪੈਟ ਆਪਣੇ ਨਾਲ ਸਫਰ ਕਰਵਾ ਸਕਦੇ ਹੋ ਕਿਉਂਕਿ ਸਫਰ ਦੌਰਾਨ 에ਅਰ ਕੈਨੇਡਾ ਨੇ ਫਿਲਹਾਲ ਤਾਂ ਪਾਲਤੂਆਂ ਨੂੰ ਬੈਗੇਜ ਕਪਾਰਟਮੈਂਟ ਦੇ ਵਿੱਚ ਸਫਰ ਕਰਨ ਤੇ ਸਤੰਬਰ ਤੱਕ ਦੀ ਰੋਕ ਲਗਾ ਦਿੱਤੀ ਹੈ ਕੁਝ ਲੋਕਾਂ ਨੇ ਇਸ ਗੱਲ ਦਾ ਸਾਹਮਣਾ ਵੀ ਕੀਤਾ ਪਰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਬੁਕਿੰਗ ਕਰਵਾ ਰਹੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਕਰਵਾਈ ਹੋਈ ਹੈ ਇਹ ਨਿਯਮ 에ਅਰ ਕੈਨੇਡਾ ਨੇ ਕਿਹਾ ਕਿ ਉਹਨਾਂ ਦੇ ਉੱਤੇ ਫਿਲਹਾਲ ਪ੍ਰਭਾਵਿਤ ਉਹਨਾਂ ਨੂੰ ਨਹੀਂ ਕਰਨਗੇ ਕੀ ਤੁਹਾਡੇ ਪੈਟਸ ਹੁਣ ਤੁਹਾਡੇ ਨਾਲ ਪਲੇਨ ਦੇ ਵਿੱਚ ਬੈਠ ਸਕਣਗੇ ਇੱਕ ਯਾਤਰੀ ਟ੍ਰੈਵਰ ਨੇ ਇੱਕ ਤਣਾਅ ਭਰਿਆ ਅਨੁਭਵ ਕੀਤਾ ਜੋ ਉਸ ਦੇ ਕੁੱਤੇ ਦੇ ਲਈ ਇੱਕ ਨਵੀਂ ਉਡਾਨ ਬੁੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਸਸਕੇਚੁਆਨ ਤੋਂ ਨਿਊਫਾਉਂਡਲੈਂਡ ਨੂੰ ਮੁੜ ਉਸ ਦੀ ਫਲਾਈਟ ਨੂੰ ਰੀਸਕੇਜੂਲ ਕੀਤਾ ਗਿਆ ਸੀ ਤਾਂ ਉਸ ਦੇ ਪਾਲਤੂ ਜਾਨਵਰ ਦੇ ਲਈ ਬੁਕਿੰਗ ਅਧੂਰੀ ਰਹਿ ਗਈ ਸੀ 4 ਦਿਨਾਂ ਬਾਅਦ ਕਿਸੇ ਨਾਲ ਸੰਪਰਕ ਕਰਨ ਤੋਂ ਬਾਅਦ ਟ੍ਰੈਵਰ ਨੇ ਆਪਣੇ ਕੁੱਤੇ ਦੇ ਨਾਲ ਉਡਾਣ ਦੀ ਚੋਣ ਨਹੀਂ ਕੀਤੀ ਕਿਉਂਕਿ ਉਸ ਦਾ ਕਹਿਣਾ ਹੈ ਕਿ ਘਰ ਵਾਪਸ ਪਰਤਣ ਤੱਕ ਕੋਈ ਆਪਸ਼ਨ ਹੀ ਨਹੀਂ ਬਚੀ ਉਸ ਨੇ ਦੱਸਿਆ ਕਿ ਉਹ ਜਦੋਂ ਵੀ ਕਿਤੇ ਜਾਂਦੇ ਨੇ ਆਪਣੇ ਪੈਟ ਨੂੰ ਨਾਲ ਲੈ ਕੇ ਜਾਂਦੇ ਨੇ ਪਰ ਸਾਡੇ ਨਜ਼ਰੀਏ ਤੋਂ ਉਸ ਦੇ ਕੁੱਤੇ ਨੂੰ ਉਡਾਨ ਲਈ ਯੋਗ ਨਾ ਮੰਨਣਾ ਇਹ ਠੀਕ ਨਹੀਂ ਹੈ ਇਹ ਮੁਸ਼ਕਲ ਫੈਸਲਾ ਟ੍ਰੈਵਰ ਨੂੰ ਉਦੋਂ ਕਰਨਾ ਪਿਆ ਜਦੋਂ 에ਅਰ ਕੈਨੇਡਾ ਵੱਲੋਂ ਐਲਾਨੇ ਗਏ ਦੇਸ਼ ਭਰ ਦੇ ਵਿੱਚ ਹਵਾਈ ਅੱਡਿਆਂ ਤੇ ਸਤੰਬਰ ਦੇ ਅੱਧ ਤੱਕ ਜਾਨਵਰਾਂ ਨੂੰ ਸਮਾਨ ਵਾਲੇ ਡੱਬੇ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦੇਣ ਦਾ ਐਲਾਨ ਹੋਇਆ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਇਹ ਬਦਲਾਅ ਮੌਜੂਦਾ ਪਾਲਤੂ ਜਾਨਵਰਾਂ ਦੀ ਬੁਕਿੰਗ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਸਿਖਲਾਈ ਪ੍ਰਾਪਤ ਸੇਵਾ ਵਾਲੇ ਜਾਨਵਰਾਂ ਜਾਂ ਕੈਬਿਨ ਦੇ ਵਿੱਚ ਯਾਤਰਾ ਕਰਨ ਵਾਲੇ ਛੋਟੇ ਪਾਲਤੂ ਜਾਨਵਰਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ 에ਅਰਲਾਈਨ ਦਾ ਕਹਿਣਾ ਹੈ ਕਿ ਜੋ ਵੀ ਆਪਣੇ ਪਾਲਤੂ ਜਾਨਵਰ ਦੇ ਨਾਲ ਯਾਤਰਾ ਕਰਨਾ ਚਾਹੁੰਦੇ ਨੇ ਉਸ ਲਈ ਕਈ ਸੁਰੱਖਿਅਤ ਹੱਲ ਉਪਲਬਧ ਨੇ ਜੋ ਉਹਨਾਂ ਦੇ ਨਾਲ ਕੈਬਿਨ ਦੇ ਵਿੱਚ ਨਹੀਂ ਹੋ ਸਕਦੇ ਉਹਨਾਂ ਕਹਿਆ ਪਰ ਇਹ ਮੰਦ ਭਾਗ ਹੈ ਕਿਉਂਕਿ ਲੋਕ ਆਪਣੇ ਜਾਨਵਰਾਂ ਦੇ ਆਧਾਰ ਤੇ ਯੋਜਨਾਵਾਂ ਬਣਾਉਂਦੇ ਨੇ ਪਰ ਬਹੁਤ ਸਾਰੇ ਲੋਕਾਂ ਲਈ ਪਾਲਤੂ ਜਾਨਵਰ ਉਹਨਾਂ ਦਾ ਪਰਿਵਾਰ ਵੀ ਨੇ ਵੈਸਟਡਰਟ ਦਾ ਕਹਿਣਾ ਹੈ ਕਿ ਇਹ ਜਾਨਵਰਾਂ ਨੂੰ ਸਵੀਕਾਰ ਕਰਨਾ ਜਾਰੀ ਰੱਖ ਰਿਹਾ ਹੈ ਪਰ ਉਹ ਰੋਜ਼ਗਾਰ ਸਿਫਾਰਿਸ਼ ਜ਼ੋਰਦਾਰ ਸਿਫਾਰਿਸ਼ ਕਰਦੇ ਨੇ ਕਿ ਜਿਵੇਂ ਹੀ ਤੁਸੀਂ ਆਪਣੀ ਬੁਕਿੰਗ ਪੂਰੀ ਕਰ ਲੈਂਦੇ ਹੋ ਤਾਂ ਤੁਹਾਡੇ ਪਾਲਤੂ ਜਾਨਵਰ ਲਈ ਜਗ੍ਹਾ ਦੀ ਬੇਨਤੀ ਜ਼ਰੂਰ ਕਰੋ ਪਿਛਲੇ ਮਹੀਨੇ 에ਅਰ ਕੈਨੇਡਾ ਨੇ ਕਿਹਾ ਕਿ ਉਹ ਜੁਲਾਈ ਤੇ ਅਗਸਤ ਦੇ ਵਿੱਚ ਪ੍ਰਤੀ ਦਿਨ ਔਸਤਨ 77 ਦੌਰ ਦੀਆਂ ਯਾਤਰਾਵਾਂ ਨੂੰ ਕੱਟਦੇ ਹੋਏ ਆਪਣੇ ਕਾਰਜਕ੍ਰਮ ਵਿੱਚ ਅਰਥਪੂਰਨ ਕਟੌਤੀ ਕਰ ਰਿਹਾ ਹੈ 에ਅਰਲਾਈਨਾਂ ਤੇ ਫੈਡਰਲ ਸਰਕਾਰ ਹਵਾਈ ਅੱਡਿਆਂ ਤੇ ਬੈਂਤ ਲਾਈਨਾਂ ਫਲਾਈਟ ਵਿਘਨ ਗੁੰਮ ਹੋਏ ਸਮਾਨ ਤੇ ਰੋਜ਼ ਦੇ ਦ੍ਰਿਸ਼ਾਂ ਦਾ ਜਵਾਬ ਦੇਣ ਲਈ ਜੋਜ ਰਹੀ ਹੈ ਖਾਸ ਤੌਰ ਤੇ ਪੀਅਰਸਨ ਤੇ ਹਵਾਬਾਜ਼ੀ ਉਦਯੋਗ ਨੇ ਸੰਗੀ ਸੁਰੱਖਿਆ ਤੇ ਕਸਟਮ ਅਧਿਕਾਰੀਆਂ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਫਲਾਈਟ ਟਰੈਕਿੰਗ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ 에ਅਰ ਕੈਨੇਡਾ ਸਭ ਤੋਂ ਵੱਧ ਉਡਾਨਾਂ ਵਿੱਚ ਦੇਰੀ ਜਾਂ ਰੱਦ ਕਰਨ ਵਾਲੀਆਂ ਪ੍ਰਮੁੱਖ 에ਅਰਲਾਈਨਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਰਹੀ ਹੈ ਜਦੋਂ ਕਿ ਅੱਧੇ ਤੋਂ ਵੱਧ ਦੇਰੀ ਵਾਲੀਆਂ ਰਵਾਨਗੀਆਂ ਪੀਅਰਸਨ ਹਵਾਈ ਅੱਡੇ ਤੇ ਹੋਈਆਂ ਨਿਊਜ਼ ਟੈਸਟ ਤੋਂ ਚਾਨਣ ਪੰਜਾਬੀ ਦੀ ਰਿਪੋਰਟ ਜੇ ਤੁਹਾਡਾ ਸਮਾਨ 에ਅਰਪੋਰਟ ਤੇ ਨਹੀਂ ਮਿਲ ਰਿਹਾ ਤਾਂ ਕਿਵੇਂ ਪਾਲ ਕਰ ਸਕਦੇ ਹੋ ਤੁਸੀਂ ਆਪਣੇ ਸਮਾਨ ਦੀ ਆਉ ਦੇਖਦੇ ਹਾਂ ਅਹਿਮ ਮੁੱਦੇ ਤੇ ਧਾਰਤ ਗੱਲ ਅੱਜ ਦੀ ਪਿਛਲੇ ਦਿਨਾਂ ਦੇ ਵਿੱਚ 에어ਲਾਈਨਸ ਦੇ ਵਿੱਚ ਹੋ ਰਹੀ ਦੇਰੀ ਚਰਚਾ ਦਾ ਵਿਸ਼ਾ ਬਣੀ ਆ ਲੋਕਾਂ ਦਾ ਸਮਾਨ ਨਹੀਂ ਲੱਭ ਰਿਹਾ ਕਲੀ 에어 ਕੈਨੇਡਾ ਨੇ 150 ਦੇ ਕਰੀਬ ਫਲਾਈਟਾਂ ਰੋਜ਼ ਕੈਨਸਲ ਕੀਤੀਆਂ ਆ ਕਿ ਸਾਡੇ ਕੋਲੇ ਸਟਾਫ ਹੈ ਨਹੀਂ ਅਸੀਂ ਫਲਾਈਟਾਂ ਨਹੀਂ ਲੈ ਕੇ ਜਾ ਸਕਦੇ ਸਮਾਨਾ ਜਿਹੜਾ ਲੋਕਾਂ ਦਾ ਲੱਗੇ ਜਾ ਉਹਦੇ ਢੇਰ ਲੱਗੇ ਆ ਲੋਕਾਂ ਨੂੰ ਆਪਣਾ ਸਮਾਨ ਨਹੀਂ ਲੱਭ ਰਿਹਾ ਤੇ ਕਈ ਥਾਵਾਂ ਦੇ ਉੱਤੇ 에어ਪੋਰਟਸ ਦੇ ਉੱਤੇ ਲੋਕ ਉਡੀਕਦੇ ਆ ਉਹਨਾਂ ਨੂੰ ਆਪਣਾ ਸਮਾਨ ਨਹੀਂ ਮਿਲ ਰਿਹਾ ਕੋਈ ਬੰਦਾ 3 ਦਿਨ ਦੇ ਟ੍ਰਿਪ ਦੇ ਉੱਤੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਂਦਾ ਤੇ ਉਹਦਾ ਸਮਾਨ 10ਵੇਂ ਦਿਨ ਉੱਥੇ ਪਹੁੰਚਦਾ ਆ ਲੋਕ ਇਸ ਵੇਲੇ ਬਹੁਤ ਪਰੇਸ਼ਾਨ ਨੇ ਐਸੀ ਤਰ੍ਹਾਂ ਦੀ ਇੱਕ ਵਿਅਕਤੀ ਨੇ ਆਪਣਾ ਤਜਰਬਾ ਆਪਣਾ ਅਨੁਭਵ ਸਾਂਝਾ ਕੀਤਾ ਆ ਕੈਲੀ ਲੇਇੰਗ ਨੇ ਫਲਾਈ ਕੀਤਾ ਟ੍ਰਾਂਟੋ ਤੋਂ ਸੀਟ ਜੋਨਸ ਦੇ ਲਈ ਨਿਊ ਬਾਂਸ ਨਿਊ ਬਾਂਸਵਿਕ ਦੇ ਵਿੱਚ ਜਿਹੜਾ ਸ਼ਹਿਰ ਆ ਸੀਟ ਜੋਨਸ ਤੇ ਉੱਥੇ ਆ ਲਾਸਟ ਮੰਥ ਦੀ ਇਹ ਗੱਲ ਆ ਫਲਾਈਟ ਉਹਨੇ ਲਈ ਆ ਉਥੋਂ ਤੇ ਜਦੋਂ ਇੱਥੇ ਉਹ ਆਏ ਆ ਤਾਂ ਉਹਦੇ ਤੋਂ ਬਾਅਦ ਉਹਦਾ ਸਮਾਨ ਗਵਾਚ ਗਿਆ ਪਰ ਤਰੀਕਾ ਉਹਨਾਂ ਨੇ ਇੱਕ ਹੋਰ ਦੱਸਿਆ ਸਮਾਨ ਲੱਭਣ ਦਾ ਤਰੀਕਾ ਇਹ ਆ ਉਹ ਉਹਨਾਂ ਨੇ ਜਿਹੜੀ ਆਪਣੀ ਗੱਲ ਅਸਲ ਦੇ ਵਿੱਚ ਦੁੱਖ ਆਪਣਾ ਇਹ ਦੱਸਿਆ ਕਿ ਇੱਕ ਘੰਟ ਜਿਹੜੀ ਡੇਢ ਘੰਟੇ ਦੀ ਫਲਾਈਟ ਸੀ ਉੱਥੇ ਪਹੁੰਚ ਗਿਆ ਜਾ ਕੇ ਦੇਖਿਆ ਵੀ ਇੱਕ ਸਮਾਨ ਉਹ ਜਿਹੜਾ ਲਗੇ ਜਿ ਇੱਕ ਦਿੱਤਾ ਸੀ ਚੈੱਕ ਇਨ ਕੀਤਾ ਸੀ ਉਹ ਇੱਥੇ ਆ ਕੇ ਨਿਊ ਬ੍ਰਾਂਟਸਵਿਕ ਦੇ ਵਿੱਚ ਉਡੀਕ ਕਰਨ ਲੱਗ ਪਿਆ ਤੇ ਆਇਆ ਨਹੀਂ ਹੁਣ ਸ਼ੇਡਜੌਨ ਦੇ ਵਿੱਚ ਲੈਂਡ ਕੀਤੇ ਆ ਤੇ ਉਹਦੇ ਤੋਂ ਬਾਅਦ ਬੈਗੇਜ ਵਾਲੂ ਜਦੋਂ ਜਾਂਦੇ ਆ ਸਮਾਨ ਉੱਥੇ ਆਉਂਦਾ ਨਹੀਂ ਤੇ ਉਹ ਉਡੀਕਦੇ ਆ ਥੋੜਾ ਚਿਰ ਬਾਅਦ ਦੇ ਵਿੱਚ ਦੇਖਦੇ ਆ ਵੀ ਸਾਰੇ ਚਲੇ ਗਏ ਤੇ ਇਕੱਲੇ ਉਹ ਹੀ ਉੱਥੇ ਖੜੇ ਆ ਉੱਥੇ ਮੈਮੋਰੀਅਲ ਕੱਪ ਹੋਣਾ ਸੀ ਸ਼ੇਡਜੌਨ ਦੇ ਵਿੱਚ ਜਿਹੜਾ ਹਾਕੀ ਦਾ ਬਹੁਤ ਵੱਡਾ ਟੂਰਨਾਮੈਂਟ ਆ ਜਿਹਦੇ ਲਈ ਉਹ ਉੱਥੇ ਗਏ ਸੀ ਤਾਂ ਉਹਦੇ ਤੋਂ ਬਾਅਦ ਹੋਇਆ ਇਹ ਕਿ ਉਹਨਾਂ ਨੇ ਇਹ ਦੇਖਿਆ ਕਿ ਇੱਕ ਜਿਹੜਾ ਐਪਲ 에ਅਰ ਟੈਗ ਆ ਉਹ ਉਹਨਾਂ ਨੇ ਸਮਾਨ ਨੂੰ ਲਾ ਦਿੱਤਾ ਸੀ ਮਤਲਬ ਕੀ ਆ ਹੁਣ ਇੱਕ ਜਿਹਦਾ ਛੱਲਾ ਜਿਹਾ ਹੁੰਦਾ ਨਾ ਜਿਵੇਂ ਟੈਗ ਆ ਇੱਕ ਐਪਲ ਦੇ ਜਿਵੇਂ ਫੋਨ ਆ ਆਈਫੋਨ ਇਦਾਂ ਦੇ ਟੈਗ ਆਉਂਦੇ ਆ ਇੱਕ ਛੋਟੀ ਜੀ ਚੀਜ਼ ਆ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਆ ਆਮ ਤੌਰ ਤੇ ਲੋਕ ਸਮਾਨ ਦੇ ਵਿੱਚ ਰੱਖ ਦਿੰਦੇ ਜਾਂ ਉਹਦੇ ਨਾਲ ਲਾ ਦਿੰਦੇ ਤਾਂ ਕਿ ਉਹਨੂੰ ਪਤਾ ਲੱਗਦਾ ਰਹੇ ਵੀ ਸਾਡਾ ਸਮਾਨ ਕਿੱਥੇ ਆ ਉਹ 에어 ਟੈਗ ਉਹਨੇ ਉਹਦੇ ਵਿੱਚ ਰੱਖਿਆ ਸੀ ਆਪਣੇ ਅਟੈਚੀ ਦੇ ਉਹ ਉਹਦੇ ਵਿੱਚ ਰੱਖਿਆ ਸੀ ਤੇ ਜਦੋਂ ਉਹਨੇ ਆਪਣਾ ਫੋਨ ਕੱਢ ਕੇ ਉਹ ਤੁਸੀਂ ਜਦੋਂ ਆਪਣੇ ਫੋਨ ਦੇ ਉੱਤੋਂ ਦੇਖਦੇ ਆਂ ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਮੇਰਾ ਇਹ ਸਮਾਨ ਐਸ ਵੇਲੇ ਕਿਤੇ ਮਤਲਬ ਕਿਸੇ ਵੀ ਚੀਜ਼ ਦੇ ਉੱਤੇ ਉਹਨੂੰ ਨਾ ਚਾਰਜ ਕਰਨ ਦੀ ਇੰਨੀ ਲੋੜ ਹੁੰਦੀ ਲੰਮਰ ਲੰਮਾ ਸਮਾਂ ਉਹ ਚਾਰਜ ਕੀਤੇ ਕੱਢ ਜਾਂਦੇ ਨਾ ਤੁਹਾਨੂੰ ਉਹਦੇ ਵਿੱਚ ਕੋਈ ਵਾਈਫਾਈ ਜਾਂ ਕੁਝ ਉਸ ਕਿਸਮ ਦਾ ਕੁਝ ਚਾਹੀਦਾ ਹੁੰਦਾ ਜਦੋਂ ਤੁਸੀਂ ਉਹਨੂੰ ਲਾ ਦਿੰਦੇ ਹੋ ਤੇ ਤੁਸੀਂ ਉਹਨੂੰ ਟਰੈਕ ਕਰ ਸਕਦੇ ਆ ਫੋਨ ਤੁਹਾਡਾ ਦੱਸ ਸਕਦਾ ਕਿ ਆਹ ਚੀਜ਼ ਐਸ ਵੇਲੇ ਉੱਥੇ ਪਈ ਹੈ ਤੇ ਜਦੋਂ ਉਹਨੇ ਉੱਥੇ ਸਮਾਨ ਨਹੀਂ ਆਇਆ ਤੇ ਉਹ ਇੱਕਦਮ ਧਿਆਨ ਦੇ ਵਿੱਚ ਆਇਆ ਵੀ ਕਿਉਂ ਨਾ ਮੈਂ ਫੋਨ ਦੇ ਉੱਤੋਂ ਖੋਲ ਕੇ ਜਿਹੜਾ 에어ਟੈਗ ਮੈਂ ਉਹਦੇ ਨਾਲ ਲਾਇਆ ਸੀ ਇਹ ਹੈ ਕਿਥੇ ਤੇ ਜਦੋਂ ਉਹਨੇ ਦੇਖਿਆ ਉਹਦਾ ਸਮਾਨ ਅਜੇ ਟੋਰਾਂਟੋ ਹੀ ਸੀ ਭਾਵ ਜਹਾਜ਼ ਉਥੋਂ ਉਥੇ ਪਹੁੰਚ ਗਿਆ ਪਰ ਉਹਦਾ ਸਮਾਨ ਅਜੇ ਟੋਰਾਂਟੋ ਹੀ ਤੁਰਿਆ ਫਿਰਦਾ ਸੀ ਤੇ ਫਿਰ ਉਹ ਕਹਿੰਦੇ ਵੀ ਮੇਰੇ ਕਿਉਂਕਿ 골프 ਖੇਡਦਾ ਸੀ ਇਹ ਬੰਦਾ 골프 ਇਕੁਪਮੈਂਟ 골프 ਦਾ ਸਮਾਨ ਜਿਹੜਾ ਹੁੰਦਾ ਬਹੁਤ ਕੀਮਤੀ ਹੁੰਦਾ ਤੇ ਉਹ ਕਹਿੰਦੇ ਸੀ ਆਮ ਤੌਰ ਦੇ ਉੱਤੇ ਇਸ ਚੀਜ਼ ਦੀ 에어ਟੈਗ ਦੀ ਵਰਤੋਂ ਕਰਦੇ ਆ ਹੁਣ ਪਤਾ ਨਹੀਂ ਇਹਦੀ ਵਰਤੋਂ ਕਰਨੀ ਜਾਇਜ਼ ਆ ਜਾਂ ਜਾਇਜ਼ ਨਹੀਂ ਪਰ ਉਹ ਕਹਿੰਦੇ ਵੀ ਮੈਂ ਇਹ ਏਅਰ ਟੈਗ ਨੂੰ ਉਹਦੇ ਉੱਤੇ ਲਾ ਦਿੱਤਾ ਤਾਂ ਕਿ ਮੈਨੂੰ ਪਤਾ ਰਹੇ ਪਰ ਉਹ ਕਹਿੰਦੇ ਵੀ ਮਿਲਿਆ ਸਮਾਨ ਮੈਨੂੰ ਫੇਰ ਵੀ ਕਾਫੀ ਦਿਨਾਂ ਬਾਅਦ ਪਰ ਮੈਂ ਰੋਜ਼ ਦੇਖ ਲੈਂਦਾ ਸੀ ਵੀ ਸਮਾਨ ਮੇਰਾ ਟੋਰਾਂਟੋ ਹੀ ਪਿਆ ਉੱਥੋਂ ਹਿੱਲਿਆ ਕਿ ਨਹੀਂ ਹਿੱਲਿਆ ਕਿਉਂਕਿ ਫੋਨ ਦੱਸ ਦਿੰਦਾ ਕਿ ਸਮਾਨ ਉੱਥੋਂ ਤੁਰ ਪਿਆ ਜਾਂ ਨਹੀਂ ਤੁਰ ਪਿਆ ਟਿਕਟਾਕ ਦੇ ਉੱਤੇ ਨੇ ਵੀਡੀਓ ਵੀ ਬਣਾ ਕੇ ਆਪਣੀ ਬੈਗੇਜ ਬਾਰੇ ਦੱਸੀ ਆ ਤੇ ਐਪਲ ਏਅਰ ਟੈਗ ਉਹ ਕਹਿੰਦਾ ਵੀ ਬਹੁਤ ਇੱਕ ਲਿਟਰਲ ਛੋਟਾ ਜਿਹਾ ਹੋਲਡਰ ਆ ਜਿਹੜਾ ਉਹਦੇ ਨਾਲ ਲਾ ਦਿੱਤਾ ਉਹਨੇ ਤੇ ਚੀਜ਼ੋ ਕਹਿੰਦੇ ਬਹੁਤ ਕੰਮ ਦੀ ਆ ਘੱਟੋ ਘੱਟ ਤਾਂ ਤੁਹਾਨੂੰ تسਲੀ ਹੋ ਜੂ ਵੀ ਤੁਹਾਡਾ ਸਮਾਨ ਹੈਗਾ ਆ ਤੇ ਉਹ ਫਲਾਣੀ ਥਾਂ ਦੇ ਉੱਤੇ ਪਿਆ ਆ ਜਾਂ ਤੁਸੀਂ ਕਿਸੇ ਨੂੰ ਦੱਸ ਸਕਦੇ ਆ ਵੀ ਮੇਰਾ ਸਮਾਨ ਉੱਥੇ ਪਿਆ ਆ ਛੋਟਾ ਜਿਹਾ ਜਿਹੜਾ ਇਹ ਆਈਫੋਨ ਜਾਂ ਕਿਸੇ ਵੀ 스마트ਫੋਨ ਦੇ ਨਾਲ ਡਿਟੈਕਟ ਹੋ ਜਾਂਦਾ ਆ ਤੇ ਇਹ ਜਿਹੜਾ ਹੁਣ ਜਿੰਨੀਆਂ ਇਹ ਕੈਨਸਲ ਹੋਈਆਂ ਫਲਾਈਟਸ ਜਿੰਨਾ ਕੁ ਸਮਾਨ ਦਾ ਇੱਧਰ ਉੱਧਰ ਅਫਰਾ ਤਫਰੀ ਫੈਲੀ ਆ ਉਹ ਸਾਰੇ ਕੁਛ ਦੇ ਵਿੱਚ ਉਹ ਕਹਿੰਦਾ ਮੈਨੂੰ ਘਟੋ-ਘਟੇ تسਲੀ ਸੀਗੀ ਕਿ ਜਿਹੜੀ ਐਂਗਜ਼ਾਇਟੀ ਸੀਗੀ ਮੇਰੀ ਘਟੋ-ਘਟਾ ਮੈਨੂੰ ਪਤਾ ਸੀ ਕਿ ਮੇਰਾ ਸਮਾਨ ਉੱਥੇ ਪਿਆ ਹੈ ਤੇ ਫਿਰ ਉਹ ਕਹਿੰਦਾ ਮੈਂ ਰੋਜ਼ ਜਦੋਂ ਦੇਖਦਾ ਸੀ ਤੇ ਫਿਰ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਇਹ ਜਿਹੜਾ ਆ ਸਮਾਨ ਉੱਥੋਂ ਤੁਰ ਪਿਆ ਹੈ ਤੇ ਬਾਅਦ ਦੇ ਵਿੱਚ ਉਹ ਸਮਾਨ ਉਹਨੂੰ ਮਿਲ ਗਿਆ ਵੱਖਰੇ-ਵੱਖਰੇ ਤਰੀਕੇ ਵੱਖਰੀਆਂ-ਵੱਖਰੇ ਢੰਗ ਤਰੀਕੇ ਲੋਕ ਲੱਭ ਰਹੇ ਨੇ ਉਹ ਕਹਿੰਦਾ 에ਅਰ ਕੈਨੇਡਾ ਨੇ ਨਾ ਮੈਨੂੰ ਕੋਈ ਈਮੇਲ ਕੀਤੀ ਨਾ ਕੋਈ ਨੋਟੀਫਿਕੇਸ਼ਨ ਦਿੱਤੀ ਨਾ ਕੋਈ ਅਪਡੇਟ ਕੀਤਾ ਕਿ ਲਗਾਈ ਦੇ ਵਿੱਚ ਤੁਹਾਡਾ ਹੈ ਕਿੱਥੇ ਤੇ ਬਾਰੇ ਇੱਕੋ ਇੱਕੋ ਕਹਿੰਦਾ ਚੀਜ਼ ਸੀਗੀ ਮੇਰੇ ਕੋਲ ਕਿ ਮੈਂ ਉਸ ਏਅਰ ਟੈਗ ਦੇ ਜ਼ਰੀਏ ਦੇਖ ਲੈਂਦਾ ਸੀ ਕਿ ਜਿਹੜਾ ਉਹਦੇ ਉੱਤੇ ਜਾ ਕੇ ਫਾਈਂਡ ਮਾਈ ਡਿਵਾਈਸ ਦੇ ਵਿੱਚ ਕਿ ਐਗਜ਼ੈਕਟਲੀ ਲਗੇ ਜ ਹੈ ਕਿੱਥੇ ਆ ਤੇ ਫਿਰ ਉਹਨੂੰ ਜਿਹੜਾ ਇੱਕ ਦਿਨ ਦੋ ਦਿਨ ਤਿੰਨ ਦਿਨ ਉਹ ਕਹਿੰਦਾ ਦੇਖਿਆ ਨਹੀਂ ਤੇ ਫਿਰ ਅਗਲੇ ਦਿਨ ਉਹ ਦੇਖਦਾ ਆ ਕਿ ਫਾਈਨਲੀ ਉਹਦਾ ਸਮਾਨ ਉਥੋਂ ਮੂਵ ਹੋ ਰਿਹਾ ਆ ਤੇ ਫਿਰ ਉਹਨੂੰ ਸਮਾਨ ਉਹਦਾ ਮਿਲ ਗਿਆ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਤਜਰਬੇ ਸਾਂਝੇ ਕਰ ਰਹੇ ਆ ਪਰ ਇਹ ਇੱਕ ਵਧੀਆ ਚੀਜ਼ Apple AirTag ਸਮਾਨ ਦੇ ਨਾਲ ਤੁਹਾਡੇ ਵਿੱਚ ਪਿਆ ਹੋਵੇ ਲੱਗਿਆ ਹੋਵੇ ਤੁਹਾਨੂੰ ਘੱਟੋ ਘੱਟ ਆਪਣੇ ਫੋਨ ਤੋਂ ਪਤਾ ਜ਼ਰੂਰ ਲੱਗ ਜਾਂਦਾ ਕਿ ਤੁਹਾਡਾ ਸਮਾਨ ਐਸ ਵੇਲੇ ਕਿੱਥੇ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਫਿਲਹਾਲ ਅਸਤੀਫਾ ਦੇ ਦਿੱਤਾ ਹੈ ਉਹਨਾਂ ਅਸਤੀਫੇ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕੰਜ਼ਰਵੇਰੀ ਪਾਰਟੀ ਦਾ ਸਪਸ਼ਟ ਇਰਾਦਾ ਦਿਖਾਈ ਦਿੰਦਾ ਹੈ ਕਿ ਪਾਰਟੀ ਨੂੰ ਨਵੇਂ ਲੀਡਰ ਦੀ ਸਵਰੇ ਲੋੜ ਹੈ ਦਾਸੀ ਕਿ ਬੋਰਿਸ ਜੌਨਸਨ ਜਿਹੜੇ ਨੇ ਉਹ ਨਵੇਂ ਲੀਡਰ ਦੀ ਚੋਣ ਤੱਕ ਪ੍ਰਧਾਨ ਮੰਤਰੀ ਦੇ ਸੇਵਾਵਾਂ ਤੱਕ ਜਿਹੜਾ ਉਹ ਫਿਲਹਾਲ ਦੇ ਲਈ ਨਿਭਾਉਣਗੇ ਆਪਣੀ ਸੇਵਾ ਹਾਲਾਂਕਿ ਜਿਹੜੇ ਵਿਰੋਧੀ ਨੇ ਉਹਨਾਂ ਦਾ ਇਹ ਜ਼ਰੂਰ ਕਹਿਣਾ ਕਿ ਬਾਰਿਸ ਜான்ਸਨ ਨੂੰ ਇੱਕ ਕੇਅਰ ਟੇਕਰ ਪ੍ਰਦਾਨ ਮੰਤਰੀ ਦੀ ਭੂਮਿਕਾ ਨਿਭਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਦਫ਼ਤਰ ਤੋਂ ਬਾਹਰ ਕਰਨਾ ਚਾਹੀਦਾ ਹੈ। ਜੇ ਤੱਕ ਰਾਧੀਏ ਕਿ ਐਲਾਨ ਉਸ ਵੇਲੇ ਕੀਤਾ ਗਿਆ ਹੈ ਜਦੋਂ ਤਾਜ਼ਾ ਐਥਿਕਸ ਵਿਵਾਦ ਦੇ ਵਿਚਾਲੇ 50 ਦੇ ਕਰੀਬ ਸੀਨੀਅਰ ਜਿਹੜੇ ਕਾਨੂੰਨ ਦੇ ਸਰਕਾਰੀ ਕਾਰੇ ਨੇ ਉਹਨਾਂ ਨੂੰ ਛੱਡ ਗਏ। ਇਹਨਾਂ ਦੇ ਵੱਲੋਂ ਬਾਰਿਸ ਜான்ਸਨ ਦੀ ਇਮਾਨਦਾਰੀ ਦੇ ਉੱਤੇ ਸਵਾਲ ਚੁੱਕੇ ਗਏ ਸਨ। ਜான்ਸਨ ਨੇ ਆਖਿਆ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਮਸਤ ਜਿਹੜਾ ਹੈ ਸਮਨ ਸੇਮਾ ਦਾ ਐਲਾਨ ਅਗਲੇ ਹਫਤੇ ਕੀਤਾ ਜਾਏਗਾ ਬੁੱਧਵਾਰ ਨੂੰ ਜான்ਸਨ ਨੇ ਕਿਹਾ ਅਸੀਂ ਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਹ ਵੀ ਆਖਿਆ ਸੀ ਕਿ ਆਫਿਸ ਦੇ ਵਿੱਚ ਬਣੇ ਰਹਿਣ ਦੇ ਲਈ ਉਹਨਾਂ ਦੇ ਕੋਲ ਵੋਟਰਾਂ ਦਾ ਫਿਲਹਾਲ ਫਤਵਾ ਹੈ ਪਰ ਵੀਰਵਾਰ ਨੂੰ ਸਥਿਤੀ ਦੀ ਨਜ਼ਾਕਤ ਨੂੰ ਸਮਝਦੇ ਹੋਏ ਵਿਵਾਦਾਂ ਦੇ ਵਿੱਚ ਕਿਰੇ ਜੌਨਸਨ ਨੇ ਅਸਤੀਫਾ ਦੇਣ ਦਾ ਮਨ ਬਣਾ ਲਿਆ 58 ਸਾਲਾ ਜੌਨਸਨ ਦੇ ਪ੍ਰਧਾਨ ਮੰਤਰੀ ਰਹਿੰਦੇ ਆ ਉਹਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ ਉਹਨਾਂ ਦੇ ਉੱਤੇ ਇਸ ਤੋਂ ਪਹਿਲਾਂ ਡੌਨਸ ਦੇ ਨਸਦੀਕੀ ਹੋਣ ਭ੍ਰਿਸ਼ਟਾਚਾਰ ਕਰਨ ਸੰਸਦ ਨੂੰ ਗੁੰਮਰਾਹ ਕਰਨ ਮਹਾਮਾਰੀ ਸੰਬੰਧੀ ਲਾਕਡਾਊਨ ਨਿਯਮਾਂ ਨੂੰ ਤੋੜਨ ਵਾਲੀਆਂ ਸਰਕਾਰੀ ਆਫਿਸ ਪਾਰਟੀਆਂ ਬਾਰੇ ਜਨਤਾ ਨੂੰ ਝੂਠ ਬੋਲਣ ਵਰਗੇ ਕਈ ਤਰ੍ਹਾਂ ਦੇ ਉਦੋਸ਼ਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਪਰ ਕਨਜ਼ਰਵੇਟਿਵ ਜਿਹੜੇ ਨੀਤੀਕਾਰੇ ਨੇ ਉਹਨਾਂ ਦੇ ਕ੍ਰਿਸ ਪਿੰਚਰ ਤੇ ਜਨਸੀ ਸੋਸ ਦੇ ਲੱਗੇ ਦੋਸ਼ਾਂ ਦੀ ਜਾਣਕਾਰੀ ਹੋਣ ਤੋਂ ਬਾਅਦ ਵੀ ਉਸ ਨੂੰ ਸੀਨੀਅਰ ਅਹੁਦੇ ਉੱਤੇ ਬਿਠਾਉਣ ਦਾ ਫੈਸਲਾ ਜੌਨਸਨ ਦੀ ਆਪਣੀ ਹੀ ਪਾਰਟੀ ਦੇ ਮੈਂਬਰਾਂ ਨੂੰ गवारा ਨਹੀਂ ਹੋਇਆ ਇਸੇ ਲਈ ਲਗਾਤਾਰ ਬੋਰਸ ਜੌਨਸਨ ਦਾ ਵਿਰੋਧ ਹੋ ਰਿਹਾ ਸੀ बीसी ਦੇ ਵਿੱਚ ਇਸ ਮਹੀਨੇ ਜੰਗਲੀ ਅੱਗ ਵਦਨ ਦਾ ਖਤਰਾ ਬਣ ਰਾ ਰਿਹਾ ਹੈ। ਬੀਸੀ ਵਿੱਚ ਇਸ ਸੀਜ਼ਨ ਦੇ ਆਮ ਨਾਲੋਂ ਥੋੜੀ ਜ਼ਿਆਦਾ ਬਿਜਲੀ ਨਜ਼ਰ ਆਈ ਹੈ। ਜੁਲਾਈ ਦੇ ਦੂਜੇ ਅੱਧ ਦੇ ਵਿੱਚ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਸੋ ਬੀਸੀ ਵਾਈਲਡਫਾਇਰ ਸਰਵਿਸ ਨੇ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਹੈ। ਸੂਬੇ ਦੇ ਉੱਤਰ-ਪੱਛਮੀ ਕੋਨੇ ਦੇ ਵਿੱਚ ਪੀਸ ਖੇਤਰ ਦੇ ਹੇਠਾਂ ਤੇ ਪ੍ਰਿੰਸ ਜਾਰਜਵਲ ਜਿੱਥੇ ਅਸੀਂ ਇਸ ਜ਼ੋਨ ਦੇ ਵਿੱਚ ਅਸਲ ਗਰਮੀ ਦੇਖੀ ਹੈ ਉਸ ਵੱਲ ਇਸ਼ਾਰਾ ਕੀਤਾ ਹੈ। BC ਲਈ ਜੰਗਲੀ ਅੱਗ ਦੇ ਸੀਜ਼ਨ ਦੀ ਇਹ ਬਹੁਤ ਹੀ ਹੌਲੀ ਸ਼ੁਰੂਆਤ ਹੈ ਪਰ ਜੁਲਾਈ ਤੇ ਅਗਸਤ ਤੱਕ ਗਰਮ ਮੌਸਮ ਅੱਗ ਦੀ ਗਤੀਵਿਧੀ ਨੂੰ ਵਧਾਏਗਾ ਵੀਰਵਾਰ 7 ਜੁਲਾਈ ਨੂੰ ਇੱਕ ਕਾਨਫਰੰਸ ਦੌਰਾਨ BC ਵਾਈਲਡਫਾਇਰ ਸਰਵਿਸ ਨੇ ਕਿਹਾ ਕਿ 4 ਜੁਲਾਈ ਤੱਕ ਸਿਰਫ 217 ਅੱਗਾਂ ਲਗੀਆਂ ਨੇ ਆਮ ਨਾਲੋਂ ਅੱਧਾ ਹੈ ਇਥੇ 2748 ਹੈਕਟੇਰ ਰਕਬਾ ਸਾੜਿਆ ਗਿਆ ਜੋ ਕਿ 20 ਸਾਲ ਦੀ ਔਸਤ ਦੇ 10% ਤੋਂ ਵੀ ਘੱਟ ਹੈ And this is why we're providing the Forest Enhancement Society of BC an additional $25 million this year so they can continue supporting important community led projects that reduce the risk of wildfires. Uh, applications for this later, latest round of funding is now open, and communities deserve all of our support, especially as the threat of wildfires appears to be increasing with the ongoing effects of climate change. Although you would know it right now in the Lower Mainland and across most of BC, it's it's wet, which is a good thing, but um, we have we are hoping for a better season this summer. As every British Columbian knows, we're regularly facing some of the toughest wildfire conditions we've ever seen in this province, and that that's why the funding to FESBC is just one part of our recent budget to protect British Columbians from wildfires which totals 359 million in new funding. We've actually made the largest investments in the history of the BC Wildfire Service. This includes 145 million that'll help us transform the organization into a year-round service and shift from its current reactive model focused on fighting fires after they start to a more proactive model We know that prevention works and must be supported at the local level across the province and that's why we're more than doubling annual funding available for wildfire prevention. ਉਤਰੀ ਪੱਛਮੀ ਫਾਇਰ ਸੈਂਟਰ ਇਸ ਸਮੇਂ ਆਗਦੀਆਂ ਗਤੀਵਿਧੀਆਂ ਲਈ ਚਿੰਤਾ ਦਾ ਸਭ ਤੋਂ ਵੱਡਾ ਖੇਤਰ ਹੈ ਕਿਉਂਕਿ ਇਹ ਸੂਬੇ ਦਾ ਸਭ ਤੋਂ ਖੁਸ਼ਕ ਖੇਤਰ ਹੈ। ਮੈਕਡੋਨੇਲ ਨੇ ਕਿਹਾ ਕਿ ਜੰਗਲੀ ਆਗ ਸੇਵਾ ਪ੍ਰਿੰਸ ਜੋਰਜ ਦੇ ਉੱਤਰ ਵੱਲ ਕਾਸਟਲੇਗਰ, ਲਿਆਰਡ ਅਤੇ ਫੋਰਟ ਨੈਲਸਨ ਦੇ ਆਲੇ-ਦੁਆਲੇ ਦੇ ਖੇਤਰ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਬਿਜਲੀ ਦੇ ਝਟਕਿਆਂ ਦੇ ਨਾਲ ਸਥਿਤੀ ਹੋਰ ਵਿਗੜ ਗਈ ਹੈ। ਹਾਲ ਹੀ ਦੇ ਵਿੱਚ ਉਤਰੀ ਪੱਛਮੀ ਫਾਇਰ ਸੈਂਟਰ ਵਿੱਚ ਬਿਜਲੀ ਨਾਲ 11 ਨਵੀਆਂ ਅੱਗਾਂ ਲੱਗੀਆਂ ਨੇ ਬੀਸੀ ਨੇ 60427 ਬਿਜਲੀ ਦੇ ਝਟਕਿਆਂ ਦਾ ਅਨੁਭਵ ਕੀਤਾ ਜੋ ਕਿ 58000 ਦੀ 20 ਸਾਲ ਦੀ ਔਸਤ ਤੋਂ ਥੋੜਾ ਵੱਧ ਹੈ ਇਸ ਵਿੱਚ ਬਿਜਲੀ ਕਾਰਨ ਅੱਗ ਲੱਗਣ ਦੀ ਔਸਤ ਗਿਣਤੀ 111 ਹੈ ਪਰ ਇਸ ਸਾਲ ਇਹ 30 ਹਨ ਅੱਗ ਦੀਆਂ ਸਥਿਤੀਆਂ ਤੇਜ਼ੀ ਨਾਲ ਬਦਲ ਸਕਦੀਆਂ ਨੇ ਬਾਲਣ ਨੂੰ ਬਣਾਉਣ ਤੇ ਅੱਗ ਦੇ ਵਧੇਰੇ ਹਮਲਾਵਰ ਵਿਵਹਾਰ ਨੂੰ ਅਗਵਾਈ ਕਰਨ ਲਈ ਗਰਮ ਖੁਸ਼ਕ ਹਵਾ ਵਾਲੇ ਮੌਸਮ ਦੇ ਸਿਰਫ 3 ਤੋਂ 5 ਦਿਨ ਲੱਗਦੇ ਨੇ ਗਰਮੀਆਂ ਦਾ ਗਰਮ ਮੌਸਮ 20 ਜੁਲਾਈ ਦੇ 2 ਅਤੇ ਅਗਸਤ ਦੇ ਦੌਰਾਨ ਆਖਰੀ ਲੰਬੇ ਦੂਰੀ ਦੀਆਂ ਭਵਿੱਖਬਾਣੀਆਂ ਸਤੰਬਰ ਦੇ ਵਿੱਚ ਮੌਸਮੀ ਤਾਪਮਾਨ ਵਿੱਚ ਵਾਪਸੀ ਦੀ ਮੰਗ ਕਰਦੀਆਂ ਨੇ ਨਿਊਜ਼ ਟਰੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਜਿਤੇ ਅੱਗੇ ਦੇਖਦੇ ਆਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕਾ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਕੁਝ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਆਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਜੇ ਕਿਤੇ ਇੱਕ ਪਲਾਂਟ ਲੱਗ ਜਾਏ ਤੇ ਲੋਕੀ ਖੁਸ਼ੀਆਂ ਮਨਾਉਣ ਲੱਪ ਜਾਂਦੇ ਆ ਪਰ ਅਲਬਰਟਾ ਦੇ ਵਿੱਚ ਅੱਜ ਇੱਕ ਪਲਾਂਟ ਜਿਹੜਾ 1948 ਤੋਂ ਲੱਗਾ ਹੋਇਆ ਸੀਗਾ ਜੀ ਔਰ ਉਹ ਗੈਸ ਵਾਲਾ ਨਹੀਂ ਨਾ ਤੇਲ ਵਾਲਾ ਹੀ ਸੀਗਾ ਉਹ ਸਾਲਟ ਬਣਾਉਂਦਾ ਸੀ ਜੀ ਲੂਣ ਜਿਹੜਾ ਹੈ ਔਰ ਉਹ ਬੰਦ ਹੋਣ ਜਾ ਰਿਹਾ ਆ ਸੇਂਟ ਪੌਲ ਦੇ ਹਲਕੇ ਦੇ ਵਿੱਚ ਇਥੋਂ ਨਾਰਥ ਈਸਟ ਮੈਂਟਨ ਤੋਂ ਆ ਸਾਨੂੰ 1948 ਦਾ ਉਹ ਪਲਾਂਟ ਬਣਿਆ ਹੋਇਆ ਜੀ ਵਿੰਡਸਰ ਸਾਲਟ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਦਾਲ ਸਬਜ਼ੀ ਚ ਪੈਂਦਾ ਉਹੋ ਸਾਲਟ ਬਣਾਉਂਦੇ ਸੀ ਪਰ ਹੁਣ ਉਹ ਕਿਉਂਕਿ ਕਹਿੰਦੇ ਜੀ ਵੀ ਅਸੀਂ ਪਿਛਲੇ ਕੁਝ ਸਾਲਾਂ ਤੋਂ ਇਹਦੇ ਤੇ ਨਜ਼ਰਸਾਨੀ ਕਰ ਰਹੇ ਸੀ ਕਿਉਂਕਿ ਪੈਸੇ ਨਹੀਂ ਸੀ ਬਣ ਰਿਹਾ ਮੁਨਾਫਾ ਨਹੀਂ ਸੀ ਹੋ ਰਿਹਾ ਤੇ ਅਖੀਰ ਨੂੰ ਫਿਰ ਸਾਨੂੰ ਹੁਣ ਉਹ ਕਹਿੰਦੇ ਫੈਸਲਾ ਕਰਨਾ ਪਿਆ ਵੀ ਭਾਈ ਇਹਨੂੰ ਬੰਦ ਕਰ ਦਈਏ ਆ ਵੈਸੇ ਇਹ ਪਲਾਂਟ ਜਿਹੜਾ ਜੀ ਇਹਨੂੰ ਓਨ ਤਾਂ ਇੱਕ ਕਬੈਕ ਦੀ ਕੰਪਨੀ ਆ ਉਹ ਕਰਦੀ ਆ ਪਰ ਉਹਨੂੰ ਗਾਹਾਂ ਓਨ ਇੱਕ ਸ਼ਿਕਾਗੋ ਦੇ ਵਿੱਚ ਕੰਪਨੀ ਹੈ ਜਿਹੜੀ ਓਨ ਕਰਦੀ ਆ। ਆ ਇੱਥੇ ਜਿਹੜਾ ਬਣਦਾ ਸੀਗਾ ਸਾਲਟ ਉਹ ਸਾਰੇ ਦਾ ਸਾਰਾ ਜਿਹੜਾ ਜੀ ਟਰੱਕਾਂ ਰਾਹੀਂ ਹੀ ਬਾਹਰ ਭੇਜਿਆ ਜਾਂਦਾ ਸੀ ਕਿਉਂਕਿ ਉੱਥੇ ਰੇਲ ਗੱਡੀ ਦਾ ਕੋਈ ਲਿੰਕ ਨਹੀਂ ਹੈ। ਇਸ ਕਰਕੇ ਬਾਈ ਰੋਡ ਹੀ ਭੇਜਿਆ ਜਾਂਦਾ ਸੀ। ਉਹ ਕਹਿੰਦੇ ਵੀ ਹੁਣ ਆ ਪਿਛਲੇ ਥੋੜੇ ਸਮੇਂ ਤੋਂ ਖਾਸ ਕਰਕੇ ਜਿਹੜੀ ਇਨਫਲੇਸ਼ਨ ਵਧੀ ਆ ਔਰ ਮਹਿੰਗਾਈ ਜਿਆਦਾ ਜਿਹੜੀ ਹੋ ਗਈ ਆ ਤੇਲ ਦੇ ਕਾਰਨ ਇਸ ਕਰਕੇ ਉਹ ਕਹਿੰਦੇ ਵੀ ਸਾਨੂੰ ਇਹ ਹੁਣ 12 ਨਹੀਂ ਸਿਖਾ ਰਿਆ ਤੇ ਇਹ ਪਲਾਂਟ ਜਿਹੜਾ ਆ ਸਾਨੂੰ ਬੰਦ ਕਰਨਾ ਪੈ ਰਿਹਾ ਇਹਦੇ ਵਿੱਚ ਕੋਈ 36 ਏਮਪਲੋਈ ਜਿਹੜੇ ਪੱਕੇ ਕੰਮ ਕਰ ਕਰਦੇ ਸੀ ਜੀ ਉਹਨਾਂ ਨੂੰ ਹੁਣ ਲੇ ਆਫ ਕਰ ਦਿੱਤੀ ਜਾਏਗੀ ਔਰ ਜਿਹੜੇ ਜਾਂ ਉਹਨਾਂ ਨੂੰ ਨਾਲ ਕੁਝ ਪੈਕੇਜ ਦੇ ਦਿੱਤੇ ਜਾਣਗੇ ਪਰ ਉਹਦੀ ਡਿਟੇਲ ਉਹਨਾਂ ਵੱਲੋਂ ਕੰਪਨੀ ਵੱਲੋਂ ਨਹੀਂ ਦਿੱਤੀ ਗਈ ਜਿਹੜੇ ਕੁਝ ਹੋਰ ਬੰਦੇ ਆ ਉਹ ਕਹਿੰਦੇ ਹੋਰ ਥੋੜੀ ਦੇਰ ਤੱਕ ਉਹ ਇੱਥੇ ਕੰਮ ਕਰਨਗੇ ਉਸ ਤੋਂ ਬਾਅਦ ਉਹਨਾਂ ਦੀ ਵੀ ਛੁੱਟੀ ਕਰ ਦਿੱਤੀ ਜਾਏਗੀ ਪਰ ਉੱਥੋਂ ਦੇ ਜਿਹੜੀ ਕਾਉਂਟੀ ਹੈ ਜਿਨ੍ਹਾਂ ਨੂੰ ਇਹ ਟੈਕਸ ਦਿੰਦੇ ਸੀਗੇ ਕੁਝ ਤਕਰੀਬਨ ਜੀ ਸਾਲ ਦਾ 6 ਲੱਖ ਦੇ ਕਰੀਬ ਕਿਉਂਕਿ ਉੱਥੇ ਪ੍ਰਾਪਰਟੀ ਆ ਉਹ ਹੁਣ ਉਹਨਾਂ ਨੂੰ ਜਾਣਾ ਬੰਦ ਹੋ ਜਾਏਗਾ ਪਰ ਉਹ ਕਹਿੰਦੇ ਟੋਟਲ ਤੇ ਨਹੀਂ ਬੰਦ ਹੋਣਾ ਕਿਉਂਕਿ ਹਜੇ ਉੱਥੇ ਉਹਨਾਂ ਦੀਆਂ ਬਿਲਡਿੰਗਾਂ ਵਗੈਰਾ ਸਭ ਕੁਝ ਹੈਗਾ ਆ ਉਹਨੂੰ ਉਹਨਾਂ ਨੇ ਢਾਉਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਉਹ ਕਾਉਂਟੀ ਦੇ ਜਿਹੜੇ ਪੈਸੇ ਤੇ ਲਿਆ ਉਹ ਘਟ ਜਾਣਗੇ ਜਿਹੜੇ ਕਾਫਰ ਚ ਜਾਂਦੇ ਸੀਗੇ ਕਾਉਂਟੀ ਵੱਲੋਂ ਲੋਕਾਂ ਨੂੰ ਬੇਨਤੀ ਆ ਕਿ ਭਾਈ ਤੁਸੀਂ ਇਹ ਏਰੀਆ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਇਓ ਇਹ ਬੜਾ ਵਧੀਆ ਹੈ ਸਸਕਾਚਵਾਂ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਉਹ ਹੈਗੇ ਜਿੱਥੇ ਲੋਕੀ ਉਹ ਕਮਿਊਨਿਟੀ ਰਹਿੰਦੀ ਆ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਭਾਈ ਤੁਸੀਂ ਇੱਥੇ ਰਹੋ ਪਰ ਹਾਲਾਂਕਿ ਕੰਪਨੀ ਜਿਹੜੀ ਆ ਉਹ ਕਹਿੰਦੀ ਜੀ ਵੀ ਅਸੀਂ ਜਿਹੜੇ ਲੋਕ ਉਥੋਂ ਮੂਵ ਹੋਣਾ ਚਾਹੁੰਦੇ ਆ ਉਹਨਾਂ ਲਈ ਇੰਤਜ਼ਾਮ ਵੀ ਕਰ ਰਹੇ ਹਗੇ ਸੋ ਇਹ ਖਬਰ ਤਾਂ ਸੀਗੀ ਜੀ ਸਾਡੇ ਸੇਂਟ ਪਾਲ ਸੇਂਟ ਪਾਲ ਤੋਂ ਔਰ ਦੂਸਰੀ ਖਬਰ ਆ ਰਹੀ ਆ ਫੋਰਟ ਮਖਮਰੀ ਤੋਂ ਜਿੱਥੇ ਤੇਲ ਨਿਕਲਦਾ ਉਥੇ ਅੱਜ ਸਨਕੌਰ ਦੇ ਪਲਾਂਟ ਦੇ ਉੱਤੇ ਇੱਕ ਕੰਟਰੈਕਟਰ ਜਿਹਦੀ ਉਮਰ 26 ਸਾਲਾਂ ਦੀ ਦੱਸੀ ਜਾਂਦੀ ਆ ਉਹਦਾ ਅੱਜ ਉੱਥੇ ਮੌਤ ਹੋ ਜਾਂਦੀ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਇੱਕ ਜਿਹੜਾ ਇਕੁਇਪਮੈਂਟ ਉੱਥੇ ਕੰਮਕਾਰ ਕਰ ਰਿਹਾ ਸੀ ਉਹਨੇ ਉਹਨੂੰ ਹਿੱਟ ਕੀਤਾ ਤੇ ਉਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਆ ਇਹ 2001 ਤੋਂ ਬਾਅਦ ਨਹੀਂ 2021 ਤੋਂ ਬਾਅਦ ਇਹ ਮਤਲਬ ਟੋਟਲ ਜਿਹੜੀਆਂ 2021 ਤੋਂ ਲੈ ਕੇ ਹੁਣ ਤੱਕ ਕੋਈ 5 ਮੌਤਾਂ ਹੋ ਚੁੱਕੀਆਂ ਨੇ ਆਕੂਪੇਸ਼ਨਲ ਹੈਲਥ ਸੇਫਟੀ ਵਾਲੇ ਜਿਹੜੇ ਆ ਉਹ ਇਹਦੀ ਇਨਵੈਸਟੀਗੇਸ਼ਨ ਉੱਥੇ ਕਰ ਰਹੇ ਆ ਔਰ ਕੰਪਨੀ ਦਾ ਕਹਿਣਾ ਕਿ ਅਸੀਂ ਇਸ ਜਿਹੜਾ ਵਿਅਕਤੀ ਜਿਹਦੀ ਮੌਤ ਹੋਈ ਆ ਉਹਦੇ ਨਾਲ ਆਪਣਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਔਰ ਪਰਿਵਾਰ ਨੂੰ ਉਹਦੇ ਨੂੰ ਦਿਲਾਸਾ ਦੇ ਰਹੇ ਨੇ ਨਾਲ ਦੀ ਨਾਲ ਉਹ ਕਹਿੰਦੇ ਜੀ ਪਈ ਸਾਡੀ ਜ਼ਿੰਮੇਵਾਰੀ ਇਹ ਵੀ ਹੈ ਕਿ ਅਸੀਂ ਜਿਹੜੇ ਸਾਡੇ EMPLOYEES ਹੋਰ ਹੈਗੇ ਇੱਥੇ ਉਹਨਾਂ ਦੀ ਵੈਲਫੇਅਰ ਲਈ ਅਸੀਂ ਕੰਮ ਕਰ ਕਰਦੇ ਆ ਔਰ ਇਹ ਇਨਸੀਡੈਂਟ ਜਿਹੜਾ ਵਾਪਰਿਆ ਨਹੀਂ ਸੀ ਵਾਪਰਨਾ ਚਾਹੀਦਾ ਪਰ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿਉਂ ਵਾਪਰਿਆ ਔਰ ਇੱਕ ਖਬਰ ਆ ਰਹੀ ਹੈ ਜੀ ਸਾਡੇ ਰੈਡੀਅਰ ਤੋਂ ਥੋੜਾ ਸਾਊਥ ਵਾਲੇ ਪਾਸੇ ਇੱਕ ਸਾਈਕਲਿਸਟ 45 ਸਾਲਾਂ ਦੀ ਬੀਬੀ ਸਾਈਕਲ ਤੇ ਜਾ ਰਹੀ ਸੀਗੀ ਜਿਹਦੀ ਇੱਕ ਟੱਕਰ ਹੋਣ ਦੇ ਨਾਲ ਕਾਰ ਦੇ ਨਾਲ ਉਹਦੀ ਮੌਤ ਹੋ ਜਾਂਦੀ ਆ ਪਰ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਵਿਅਕਤੀ ਨੇ ਉਹ ਟੱਕਰ ਮਾਰੀ ਆ ਉਹ ਉੱਥੇ ਉਹਨੇ ਕਾਰ ਨਹੀਂ ਖੜੀ ਕੀਤੀ ਤੇ ਉਹ ਥੋਖੇ ਖਿਸਕ ਗਿਆ ਪੁਲਿਸ ਦਾ ਕਹਿਣਾ ਕਿ ਉਹ ਇਦਾਂ ਲੱਗਦਾ ਵੀ ਡਾਰਕ ਰੰਗ ਦੀ ਕਾਰ ਸੀਗੀ ਹੋ ਸਕਦਾ BMW ਹੋਵੇ ਔਰ ਉਹਦੇ ਕਸੇ ਪਿਟੇ ਜਾਂ ਬਾਹਰ ਲੀਆਂ ਜਿਹੜੀਆਂ ਸਟਿੱਪਣੀਆਂ ਉਹਦੀਆਂ ਕਾਰ ਦੀਆਂ ਇਸ ਤਰ੍ਹਾਂ ਦੀਆਂ ਅਗਰ ਕੋਈ ਵੀ ਵਿਅਕਤੀ ਜਿਹੜਾ ਉਸ ਹਵਾਲੇ ਦੇ ਨਾਲ ਜੇ ਕਿਸੇ ਨੇ ਕਾਰ ਵੇਖੀ ਆ ਤਾਂ ਉਹ RCMP ਨੂੰ ਜਿਹੜਾ ਜੀ ਕੰਟੈਕਟ ਕਰ ਸਕਦਾ ਹੈਗਾ ਜਾਂ ਕ੍ਰਾਈਮ ਸਟਾਪਰਸ ਦੇ ਨਾਲ ਕੰਟੈਕਟ ਕਰ ਲਿਆ ਉਹਨਾਂ ਦਾ ਫੋਨ ਨੰਬਰ ਹੈ 403 885 3300 ਏ ਆਰਸੀਐਮਪੀ ਦਾ ਨੰਬਰ ਹੈ ਤਾਂ ਕਿ ਉਸ ਵਿਅਕਤੀ ਨੂੰ ਫੜਿਆ ਜਾ ਸਕੇ ਆਰਸੀਐਮਪੀ ਉਹਦੀ ਭਾਲ ਕਰ ਰਹੀ ਹੈ ਔਰ ਨਾਲ ਦੀ ਨਾਲ ਜਿਹੜੀ ਗੱਡੀ ਹੈ ਉਹਦੀ ਵੀ ਭਾਲ ਹੋ ਰਹੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਜਾਸੋ ਚਾਹੋਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ